ਤੁਸੀਂ ਆਪਣਾ ਨਾਮ ਕੀ ਹੈ ਜੀ? ਨਾ ਕਰਮਜੀਤ ਸਿੰਘ ਹੈ ਜੀ। ਆਪਾਂ ਜੋ ਆਪਣੀ ਪਾਣੀ ਦੀ ਮੁਸ਼ਕਲ ਆ ਰਹੀ ਹੈ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹ ਰਹੇ ਹੋ? ਜਿਹੜਾ ਮੰਡੀ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਲੱਕ ਲੱਕ ਤੱਕ ਭਰਿਆ ਹੋਇਆ ਜੀ, ਬਹੁਤ ਬੁਰਾ ਹਾਲ ਹੈ ਮੰਡੀ ਦਾ। ਪਾਣੀ ਹੁਣ ਦੇਖ ਰਹੇ ਹਾਂ ਖੜ੍ਹੇ ਇੱਥੇ, ਪਾਣੀ ਵਿੱਚ ਗੱਡੀਆਂ ਕੀ ਹੋਰ ਮੋਟਰਸਾਈਕਲ ਕੀ ਸਾਰੇ ਜੋ ਕੋਈ ਆਉਂਦਾ ਵਾਹਨ ਉਹ ਬਹੁਤ ਹਾਲਤ ਖਰਾਬ ਹੈ। ਇਹ ਜਿਹੜੇ ਪ੍ਰਧਾਨ ਹੈ ਸ਼ਹਿਰ ਦੇ ਪਹਿਲਾਂ ਵੀ ਰਹਿ ਚੁੱਕੇ ਆ, ਗੱਲ ਨਾ ਬਈ ਕੁਛ ਇਹਦਾ ਪ੍ਰਬੰਧ ਕਰਨਾ ਚਾਹੀਦਾ ਇਹਨਾਂ ਨੂੰ ਪਾਣੀ ਬਾਰੇ। ਬੁਰਾ ਹਾਲ ਹੋਇਆ ਪਿਆ ਸ਼ਹਿਰ 'ਚ, ਥਾਂ ਥਾਂ 'ਤੇ ਪਾਣੀਆਂ, ਲੰਗਰ ਬਹੁਤ ਪਰੇਸ਼ਾਨੀਆਂ, ਪੂਰੀ ਬੰਦ ਹੋ ਗਈ, ਰੋੜ ਕੇ ਲੈ ਕੇ ਆ ਰਹੇ ਹਾਂ। ਕਿਤੇ ਨਗਰ ਬਾਕੀਆਂ ਤਾਂ ਦੇਖ ਲਿਆ ਉਹਨਾਂ ਨੇ ਕੀ ਕਰ ਲਿਆ, ਹੁਣ ਇਹਨਾਂ ਦੇਖ ਲੈਂਦੇ ਇਹ ਬੰਦੇ ਕੀ ਕਰਦੇ ਨੇ ਹੁਣ। ਠੀਕ ਹੈ ਜੀ ਭਾਅ ਜੀ, ਆਪਣਾ ਨਾਮ ਕੀ ਹੈ ਜੀ? ਮੇਰਾ ਨਾਮ ਐਮਪੀ ਪਹਿਲਵਾਨ ਆ, ਸ਼ਾਸਤਰੀ ਨਗਰ ਮੇਨ ਮਾਰਕੀਟ ਦੇ ਵਿੱਚ ਮੇਰੀ ਦੁਕਾਨ ਆ। ਪਾਣੀ ਨੂੰ ਲੈ ਕੇ ਸ਼ਾਸਤਰੀ ਨਗਰ ਦਾ ਬਹੁਤ ਮੰਦਾ ਹਾਲ ਆ, ਇੱਥੇ ਪਾਣੀ ਇੰਨਾ ਕੁ ਖੜ੍ਹਾ ਹੋ ਜਾਂਦਾ ਵੀ ਪੁੱਛੋ ਕੁਛ ਨਾ। ਸਾਰੇ 6 ਨੰਬਰ ਗਲੀ ਤੱਕ ਦਾ ਸਾਰਾ ਪਾਣੀ ਸਾਡੀਆਂ ਦੁਕਾਨਾਂ ਕੋਲ ਲੰਘਦਾ, ਜਦੋਂ ਕੋਈ ਗੱਡੀ ਆ ਜਾਂਦੀ ਹੈ ਸਾਡੀਆਂ ਦੁਕਾਨਾਂ ਦੇ ਅੰਦਰ ਸਾਰਾ ਪਾਣੀ ਵੜ ਜਾਂਦਾ। ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਹਾਂ ਕਿਰਪਾ ਕਰਕੇ ਇਹ ਸੀਵਰੇਜ ਦਾ ਉਦੋਂ ਅਸੀਂ। ਆਪਣਾ ਨਾਮ ਕੀ ਹੈ ਜੀ? ਕਿਸ਼ੂ ਗੋਇਲ। ਜੋ ਭਾਅ ਜੀ ਆਪਣਾ ਮੰਡੀ ਦੇ ਵਿੱਚ ਇੰਨਾ ਇੰਨਾ ਗੋਡੇ ਗੋਡੇ ਪਾਣੀ ਚੜਿਆ ਹੋਇਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਅੱਜ ਸੁਬਾਹ ਦੀ ਬਾਰਿਸ਼ ਹੋ ਰਹੀ ਆ 6 ਵਜੇ ਦੀ, ਅਤੇ ਇੰਨੀ ਕੁ ਬਾਰਿਸ਼ ਹੋਈ ਆ ਪਾਣੀ ਇੱਥੇ ਪੂਰਾ ਗੋਡੇ ਗੋਡੇ ਖੜ ਗਿਆ, ਸਾਡੇ ਵਿੱਚ ਪੂਰਾ ਪਾਣੀ ਵੜ ਗਿਆ। ਜਿਹੜਾ ਸਾਡਾ ਨੁਕਸਾਨ ਹੋਇਆ ਪ੍ਰਸ਼ਾਸਨ ਬਿਲਕੁਲ ਜ਼ੀਰੋ ਹੋਇਆ ਪਿਆ, ਪ੍ਰਸ਼ਾਸਨ ਵੱਲੋਂ ਕੋਈ ਇੱਥੇ ਇੰਤਜ਼ਾਮ ਨਹੀਂ ਹੈਗਾ ਪਾਣੀ ਕੱਢਣ ਦਾ। ਮੰਡੀ 'ਚ ਚੱਲ ਜਾਓ, ਮੰਡੀ ਦੇ ਵਿੱਚ ਕੈਂਟੇ ਟੋਬੇ ਪਏ, ਇੱਥੇ ਸਾਡੇ ਇੱਥੇ ਬਾਜ਼ਾਰ ਲਾਗੇ ਰੋਡ ਆ, ਸਾਰੀ ਦੁਕਾਨਾਂ ਸਾਡੇ ਜਿੰਨੀਆਂ ਵੀ ਦੁਕਾਨਾਂ ਸਭ 'ਚ ਪਾਣੀ ਵੜ ਗਿਆ। ਕੀ ਤੁਸੀਂ ਆਪਣਾ ਅਪੀਲ ਕੀ ਕਰਨਾ ਚਾਹੋਗੇ ਨਗਰ ਕੌਂਸਲ ਨੂੰ? ਨਗਰ ਕੌਂਸਲ ਅਪੀਲ ਨਹੀਂ ਕਰਨੀ ਜੀ, ਨਗਰ ਕੌਂਸਲ ਫੇਰ ਆ ਗਈ, ਬਿਲਕੁਲ ਕੁਛ ਨਹੀਂ ਇਹਨਾਂ ਕੋਲ ਹੈਗਾ, ਨਾ ਇਹਨਾਂ ਕੋਲ ਕੁਛ ਹੋਣਾ। ਠੀਕ, ਪ੍ਰੋਗਰਾਮ ਨਹੀਂ ਹੈ ਕੁਛ। ਕੀ ਤੁਸੀਂ ਆਪਣਾ ਨਗਰ ਕੌਂਸਲ ਨੂੰ ਕੀ ਅਪੀਲ ਕਰਨੀ ਚਾਹੋਗੇ? ਨਗਰ ਕੌਂਸਲ ਨੂੰ ਕਹਿੰਦਾ ਪਾਣੀ ਕੱਢਣ, ਕੋਈ ਪੰਪ ਲਾਓ, ਕੋਈ ਹੋਰ ਕਰਨ। ਨਵਾਂ ਮੰਡੀ ਦਾ ਬੇੜਾ ਗਰਕ ਹੋ ਗਿਆ ਇਸ ਵੇਲੇ, ਆ ਕੇ ਹਾਲਾਤ ਦੇਖੋ, ਕੋਈ ਹਾਲਾਤ ਦੇਖਣ ਨਹੀਂ, ਕੋਈ ਅਫਸਰ ਨਹੀਂ ਆਉਂਦਾ। ਜੀ ਆਪਣਾ ਨਾਮ ਕੀ ਹੈ ਜੀ? ਕ੍ਰਿਸ਼ਨ ਭੰਡਾਰੀ। ਜੋ ਭਾਅ ਜੀ ਆਪਣੀ ਮੰਡੀ ਦੇ ਵਿੱਚ ਮੁਸ਼ਕਲ ਆ ਰਹੀ ਹੈ ਪਾਣੀ ਦੇ ਵਿੱਚ ਸਫ਼ਰ ਕਰ ਰਹੇ ਯਾਤਰੀਆਂ ਨੂੰ ਵੀ, ਉਹਨਾਂ ਦੇ ਬਾਰੇ ਕੀ ਨਗਰ ਕੌਂਸਲ ਨੂੰ ਕੀ ਅਪੀਲ ਕਰਨੀ ਚਾਹੋਗੇ? ਇਸ ਤਰ੍ਹਾਂ ਜੀ, ਸਾਡੀ ਪੁਰਾਣੀ ਦਾਣਾ ਮੰਡੀ, ਦਾਣਾ ਮੰਡੀ ਤੁਹਾਨੂੰ ਕਹਿਣਾ ਹੀ ਗਲਤ ਹੈ, ਇਹ ਤਾਂ ਇੱਕ ਟੋਭਾ ਬਣਿਆ ਹੋਇਆ, 10 ਮਿੰਟ ਦੀ ਬਾਰਿਸ਼ ਪੈ ਜਾਵੇ ਸਾਡੇ ਸਾਰੀ ਦਾਣਾ ਮੰਡੀ 'ਚ ਗਿੱਟੇ ਗਿੱਟੇ ਗੋਟੇ ਗੋਟੇ ਪਾਣੀ ਹੋ ਜਾਂਦਾ। ਅੱਜ ਵੀ ਤੁਸੀਂ ਹਾਲਤ ਦੇਖ ਸਕਦੇ ਹੋ, 37 ਹਲਵਾਈ ਦੇ ਕੋਲੇ ਜਾ ਕੇ ਇਸ ਟਾਈਮ ਵੀ ਦੇਖ ਲਓ ਵੀ ਲੱਕ ਲੱਕ ਪਾਣੀ ਹੈ। ਕਿੰਨੀ ਦੇਰ ਹੋਈ, ਕਿੰਨੀਆਂ ਕੰਪਲੇਂਟਾਂ ਕਰ ਚੁੱਕਿਆ, ਕਿੰਨੇ ਰਿਕੁਐਸਟਾਂ ਪਾ ਚੁੱਕਿਆ, ਪਰ ਸਾਡੀ ਦਾਣਾ ਮੰਡੀ ਦਾ ਕੋਈ ਸਾਨੂੰ ਪੁੱਛਣ ਵਾਲਾ ਨਹੀਂ ਹੈ। ਅਸੀਂ ਤਾਂ ਜਿਵੇਂ ਨਾ ਵੀ ਇਸ ਜਗਰਾਉਂ 'ਚ ਨਹੀਂ ਰਹਿੰਦੇ ਜਾਂ ਇਸ ਜਗਰਾਉਂ ਦੇ ਵਸਿੰਦੇ ਨਹੀਂ ਹੈ, ਉਹ ਹਾਲ ਸਾਡੇ ਨਾਲ ਹੋਇਆ ਹੋਇਆ। ਆਹ ਹੁਣ ਸਾਡੀਆਂ ਦੁਕਾਨਾਂ ਦੇ ਮੂਹਰੇ ਆ ਕੇ ਦੇਖ ਲਓ, ਸਾਡੀਆਂ ਦੁਕਾਨਾਂ ਦੇ ਵਿੱਚ ਪਾਣੀ ਬੜਿਆ ਪਿਆ ਵਾ, ਪਰ ਸਾਡੀ ਕੋਈ ਸੁਣਵਾਈ ਨਹੀਂ, ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ। ਠੀਕ ਹੈ, ਬਾਕੀ ਪਤਾ ਨਹੀਂ ਸਾਡੀ ਮਿਊਂਸਪਲ ਕਮੇਟੀ ਕਿੱਥੇ ਆ ਜਾਂ ਕਿਹਦੇ ਹੱਥ 'ਚ ਪ੍ਰਬੰਧ ਹੈ ਸਾਨੂੰ ਤਾਂ ਇਹੀ ਨਹੀਂ ਪਤਾ ਲੱਗਦਾ ਹੈ। ਬਾਪੇ, ਨਗਰ ਕੌਂਸਲ ਨੂੰ ਤੁਸੀਂ ਕੀ ਅਪੀਲ ਕਰਨਾ ਚਾਹੋਗੇ? ਨਗਰ ਕੌਂਸਲ ਨੂੰ ਕਹਾਂਗੇ ਆ ਕੇ ਇੱਕ ਵਾਰੀ ਇੱਥੇ ਇੱਕ ਵਾਰੀ ਗੇੜਾ ਤਾਂ ਕੱਢ ਕੇ ਜਾਓ, ਦੇਖੋ ਤਾਂ ਸਹੀ ਵੀ ਪੁਰਾਣੀ ਦਾਣਾ ਮੰਡੀ ਦਾ ਹਾਲ ਕੀ ਹੈ। ਇੱਥੇ ਇੱਕ ਵਾਰੀ ਆ ਕੇ ਨਿਗਾਹ ਤਾਂ ਮਾਰ ਜਾਓ, ਤੁਹਾਨੂੰ ਪਤਾ ਤਾਂ ਲੱਗੇ ਵੀ ਪੁਰਾਣੇ ਦਾਣਾ ਮੰਡੀ ਵਾਲੇ ਜਿਹੜੇ। ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ, ਤੇ ਨਾਲ ਹੀ ਬੈਲ ਆਈਕਨ ਵੀ ਆਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਵੀਂ ਤੋਂ ਨਵੀਂ ਕੋਈ ਨਿਊਜ਼ ਅਪਲੋਡ ਕਰੀਏ ਤਾਂ ਉਹਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ।